ਇਹ ਤਾਂ ਸ਼ੁਕਰ ਹੈ ਸੀਸੀਟੀਵੀ ਲੱਗਾ ਸੀ, ਨਹੀਂ ਤਾਂ ਬਜ਼ੁਰਗ ਨੂੰ ਪਤਾ ਨਹੀਂ ਚੱਲਣਾ ਸੀ ਕਿ ਉਸਦਾ ਫੋਨ ਆਖਰ ਰਾਤੋਂ ਰਾਤ ਗਿਆ ਕਿੱਥੇ। ਸੀਸੀਟੀਵੀ ਨੇ ਫਸਾਤਾ ਸ਼ਾਤਰ ਚੋਰ। ਦੇਖੋ ਕਿਵੇਂ ਦੱਬੇ ਪੈਰੀ ਆ ਕੇ ਸੁੱਤੇ ਹੋਏ ਸ਼ਖਸ ਦੇ ਕੋਲੋਂ ਫੋਨ ਚੱਕ ਕੇ ਲੈ ਗਿਆ। ਦੇਖੋ ਪਹਿਲਾਂ ਸੀਸੀਟੀਵੀ ਦੇ ਵਿੱਚ ਸਾਫ਼ ਸਾਫ਼ ਦੇਖ ਰਿਹਾ ਹੈ ਕਿ ਦੂਰੋਂ ਦੀ ਦੱਬੇ ਪੈਰੀ ਆਉਂਦਾ ਹੈ। ਦੱਬੇ ਪੈਰੀ ਆ ਕੇ ਸੁੱਤੇ ਹੋਏ ਸ਼ਖਸ ਦੇ ਪਹਿਲਾਂ ਤਾਂ ਆਲੇ ਦੁਆਲੇ ਉਸਦੇ ਦੇਖਦਾ ਹੈ ਕਿ ਆਖਿਰਕਾਰ ਫੋਨ ਪਿਆ ਕਿੱਥੇ ਹੈ। ਫਿਰ ਉਸਨੇ ਦੇਖਿਆ ਕਿ ਸਰਹਾਣੇ ਦੇ ਨੀਚੇ ਪਿੱਲੋ ਦੇ ਨੀਚੇ ਹੋ ਸਕਦਾ ਹੈ ਮੋਬਾਈਲ। ਪਿੱਲੋ ਦੇ ਥੱਲੇ ਹੱਥ ਮਾਰਦਾ ਹੈ, ਫਿਰ ਦੂਜੇ ਪਾਸੇ ਹੱਥ ਮਾਰਦਾ ਹੈ, ਆਖਰ ਦੇ ਵਿੱਚ ਉਸਨੂੰ ਫੋਨ ਮਿਲ ਜਾਂਦਾ ਹੈ ਅਤੇ ਚੋਰ ਫਰਾਰ ਹੋ ਜਾਂਦਾ ਹੈ। ਪਰ ਚੋਰਾਂ ਨੂੰ ਇਹ ਨਹੀਂ ਪਤਾ ਸੀ ਕਿ ਸੀਸੀਟੀਵੀ ਕੈਮਰੇ ਲੱਗੇ ਨੇ। ਬਿਨਾਂ ਕਿਸੇ ਪੁਲਿਸ ਦੀ ਮਦਦ ਤੋਂ ਪਿੰਡ ਵਾਲਿਆਂ ਨੇ ਹੀ ਇਹਨਾਂ ਨੂੰ ਕਾਬੂ ਕਰ ਲਿਆ। ਦਰਅਸਲ ਤਸਵੀਰਾਂ ਦੇ ਵਿੱਚ ਦਿਖ ਰਿਹਾ ਇੱਕ ਚੋਰ ਇਕੱਲਾ ਨਹੀਂ ਹੈ, ਇਸਦਾ ਇੱਕ ਸਾਥੀ ਵੀ ਹੈ ਜਿਸ ਨੂੰ ਅਗਲੇ ਦਿਨ ਪਿੰਡ ਵਾਲਿਆਂ ਨੇ ਫੜ ਕੇ ਪੁਲਿਸ ਨੂੰ ਫੜਾਇਆ ਹੈ। ਤਾਂ ਦੱਸ ਦਈਏ ਕਿ ਮੋਗਾ ਦੇ ਨਿਹਾਲ ਸਿੰਘ ਵਾਲਾ ਦੇ ਪਿੰਡ ਰਾਮਾ ਦੀ ਇਹ ਗੱਲ ਦੱਸੀ ਜਾ ਰਹੀ ਹੈ, ਜਿੱਥੇ 12 ਵਜੇ ਰਾਤ ਨੂੰ ਖੁੱਲ੍ਹੇ ਅਸਮਾਨ ਹੇਠਾਂ ਬਜ਼ੁਰਗ ਸੁੱਤਾ ਹੋਇਆ ਸੀ। ਉਸਦਾ ਫੋਨ ਉਸਦੀ ਮੰਜੀ 'ਤੇ ਪਿਆ ਸੀ, ਸਰਾਹਣੇ ਦੇ ਥੱਲੇ ਪਿਆ ਸੀ, ਜਿਸ ਤੋਂ ਬਾਅਦ ਇਹ ਚੋਰ ਆਉਂਦੇ ਨੇ ਦੱਬੇ ਪੈਰੀ ਆ ਕੇ ਫੋਨ ਚੁਰਾ ਕੇ ਲੈ ਜਾਂਦੇ ਨੇ। ਦਰਅਸਲ ਸੀਸੀਟੀਵੀ ਦੇ ਵਿੱਚ ਤਾਂ ਇੱਕੋ ਫੋਨ ਚੁਰਾਉਂਦੇ ਹੋਏ ਦਿਖ ਰਹੇ ਨੇ, ਪਰ ਪੂਰੇ ਘਰ ਦੇ ਵਿੱਚੋਂ ਇਹ 4 ਫੋਨ ਚੁਰਾ ਕੇ ਲੈ ਗਏ ਨੇ। ਜਿਸ ਤੋਂ ਬਾਅਦ ਪੁਲਿਸ ਨੂੰ ਸੂਚਿਤ ਕੀਤਾ ਗਿਆ, ਪਰ ਪੁਲਿਸ ਨੂੰ ਸੂਚਿਤ ਕਰਨ ਤੋਂ ਪਹਿਲਾਂ ਹੀ ਪਰਿਵਾਰ ਦੇ ਵੱਲੋਂ ਸੀਸੀਟੀਵੀ ਕੈਮਰੇ ਚੈੱਕ ਕੀਤੇ ਗਏ। ਕੈਮਰਿਆਂ ਦੇ ਵਿੱਚ ਦੋਹਾਂ ਚੋਰਾਂ ਦੀ ਪਹਿਚਾਣ ਹੋ ਗਈ ਕਿ ਇਹ ਤਾਂ ਪਿੰਡ ਦੇ ਹੀ ਮੁੰਡੇ ਨੇ। ਤਾਂ ਜਾ ਕੇ ਇਹਨਾਂ ਦੋਹਾਂ ਨੂੰ ਸੰਗਲਾਂ ਦੇ ਨਾਲ ਬੰਨਿਆ ਅਤੇ ਪੁਲਿਸ ਦੇ ਹਵਾਲੇ ਕਰ ਦਿੱਤਾ। ਇਹ ਤਾਂ ਸ਼ੁਕਰ ਹੈ ਸੀਸੀਟੀਵੀ ਲੱਗਾ ਸੀ, ਨਹੀਂ ਤਾਂ ਬਜ਼ੁਰਗ ਨੂੰ ਪਤਾ ਨਹੀਂ ਚੱਲਣਾ ਸੀ ਕਿ ਉਸਦਾ ਫੋਨ ਆਖਰ ਰਾਤੋਂ ਰਾਤ ਗਿਆ ਕਿੱਥੇ। ਸੀਸੀਟੀਵੀ ਨੇ ਫਸਾਤਾ ਸ਼ਾਤਰ ਚੋਰ। ਦੇਖੋ ਕਿਵੇਂ ਦੱਬੇ ਪੈਰੀ ਆ ਕੇ ਸੁੱਤੇ ਹੋਏ ਸ਼ਖਸ ਦੇ ਕੋਲੋਂ ਫੋਨ ਚੱਕ ਕੇ ਲੈ ਗਿਆ। ਦੇਖੋ ਪਹਿਲਾਂ ਸੀਸੀਟੀਵੀ ਦੇ ਵਿੱਚ ਸਾਫ਼ ਸਾਫ਼ ਦਿਖ ਰਿਹਾ ਹੈ ਕਿ ਦੂਰੋਂ ਦੀ ਦੱਬੇ ਪੈਰੀ ਆਉਂਦਾ ਹੈ। ਦੱਬੇ ਪੈਰੀ ਆ ਕੇ ਸੁੱਤੇ ਹੋਏ ਸ਼ਖਸ ਦੇ ਪਹਿਲਾਂ ਤਾਂ ਆਲੇ ਦੁਆਲੇ ਉਸਦੇ ਦੇਖਦਾ ਹੈ ਕਿ ਆਖਿਰਕਾਰ ਫੋਨ ਪਿਆ ਕਿੱਥੇ ਹੈ। ਫਿਰ ਉਸਨੇ ਦੇਖਿਆ ਕਿ ਸਰਹਾਣੇ ਦੇ ਨੀਚੇ ਪਿੱਲੋ ਦੇ ਨੀਚੇ ਹੋ ਸਕਦਾ ਹੈ ਮੋਬਾਈਲ। ਪਿੱਲੋ ਦੇ ਥੱਲੇ ਹੱਥ ਮਾਰਦਾ ਹੈ, ਫਿਰ ਦੂਜੇ ਪਾਸੇ ਹੱਥ ਮਾਰਦਾ ਹੈ, ਆਖਰ ਦੇ ਵਿੱਚ ਉਸਨੂੰ ਫੋਨ ਮਿਲ ਜਾਂਦਾ ਹੈ ਅਤੇ ਚੋਰ ਫਰਾਰ ਹੋ ਜਾਂਦਾ ਹੈ। ਪਰ ਚੋਰਾਂ ਨੂੰ ਇਹ ਨਹੀਂ ਪਤਾ ਸੀ ਕਿ ਸੀਸੀਟੀਵੀ ਕੈਮਰੇ ਲੱਗੇ ਨੇ। ਬਿਨਾਂ ਕਿਸੇ ਪੁਲਿਸ ਦੀ ਮਦਦ ਤੋਂ ਪਿੰਡ ਵਾਲਿਆਂ ਨੇ ਹੀ ਇਹਨਾਂ ਨੂੰ ਕਾਬੂ ਕਰ ਲਿਆ। ਦਰਅਸਲ ਤਸਵੀਰਾਂ ਦੇ ਵਿੱਚ ਦਿਖ ਰਿਹਾ ਇੱਕ ਚੋਰ ਇਕੱਲਾ ਨਹੀਂ ਹੈ, ਇਸਦਾ ਇੱਕ ਸਾਥੀ ਵੀ ਹੈ ਜਿਸ ਨੂੰ ਅਗਲੇ ਦਿਨ ਪਿੰਡ ਵਾਲਿਆਂ ਨੇ ਫੜ ਕੇ ਪੁਲਿਸ ਨੂੰ ਫੜਾਇਆ ਹੈ। ਤਾਂ ਦੱਸ ਦਈਏ ਕਿ ਮੋਗਾ ਦੇ ਨਿਹਾਲ ਸਿੰਘ ਵਾਲਾ ਦੇ ਪਿੰਡ ਰਾਮਾ ਦੀ ਇਹ ਗੱਲ ਦੱਸੀ ਜਾ ਰਹੀ ਹੈ, ਜਿੱਥੇ 12 ਵਜੇ ਰਾਤ ਨੂੰ ਖੁੱਲ੍ਹੇ ਅਸਮਾਨ ਹੇਠਾਂ ਬਜ਼ੁਰਗ ਸੁੱਤਾ ਹੋਇਆ ਸੀ। ਉਸਦਾ ਫੋਨ ਉਸਦੀ ਮੰਜੀ 'ਤੇ ਪਿਆ ਸੀ, ਸਰਾਹਣੇ ਦੇ ਥੱਲੇ ਪਿਆ ਸੀ, ਜਿਸ ਤੋਂ ਬਾਅਦ ਇਹ ਚੋਰ ਆਉਂਦੇ ਨੇ ਦੱਬੇ ਪੈਰੀ ਆ ਕੇ ਫੋਨ ਚੁਰਾ ਕੇ ਲੈ ਜਾਂਦੇ ਨੇ। ਦਰਅਸਲ ਸੀਸੀਟੀਵੀ ਦੇ ਵਿੱਚ ਤਾਂ ਇੱਕੋ ਫੋਨ ਚੁਰਾਉਂਦੇ ਹੋਏ ਦਿਖ ਰਹੇ ਨੇ, ਪਰ ਪੂਰੇ ਘਰ ਦੇ ਵਿੱਚੋਂ ਇਹ 4 ਫੋਨ ਚੁਰਾ ਕੇ ਲੈ ਗਏ ਨੇ। ਜਿਸ ਤੋਂ ਬਾਅਦ ਪੁਲਿਸ ਨੂੰ ਸੂਚਿਤ ਕੀਤਾ ਗਿਆ, ਪਰ ਪੁਲਿਸ ਨੂੰ ਸੂਚਿਤ ਕਰਨ ਤੋਂ ਪਹਿਲਾਂ ਹੀ ਪਰਿਵਾਰ ਦੇ ਵੱਲੋਂ ਸੀਸੀਟੀਵੀ ਕੈਮਰੇ ਚੈੱਕ ਕੀਤੇ ਗਏ। ਕੈਮਰਿਆਂ ਦੇ ਵਿੱਚ ਦੋਹਾਂ ਚੋਰਾਂ ਦੀ ਪਹਿਚਾਣ ਹੋ ਗਈ ਕਿ ਇਹ ਤਾਂ ਪਿੰਡ ਦੇ ਹੀ ਮੁੰਡੇ ਨੇ। ਤਾਂ ਜਾ ਕੇ ਇਹਨਾਂ ਦੋਹਾਂ ਨੂੰ ਸੰਗਲਾਂ ਦੇ ਨਾਲ ਬੰਨਿਆ ਅਤੇ ਪੁਲਿਸ ਦੇ ਹਵਾਲੇ ਕਰ ਦਿੱਤਾ।